ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਫਸਟ ਚੁਆਇਸ ਕਲੋਥ ਹਾਊਸ 'ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਜਿਹੜੇ ਵੀਅਰਸ ਨਵੇਂ ਨੇ ਚੈਨਲ ਫਸਟ ਚੁਆਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਗੂਗਲ ਪੇ ਕਰ ਸਕਦੇ ਹੋ, ਪੇਟੀਐਮ ਕਰ ਸਕਦੇ ਹੋ, ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ। ਜਿਹੜਾ ਸਕਰੀਨ 'ਤੇ ਨੰਬਰ ਚੱਲਦੇ ਉਹ ਆਪਣਾ ਵਟਸਐਪ ਨੰਬਰ ਹੈ। ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ੋਟ ਲੈਣਾ, ਫਿਰ ਤੁਸੀਂ ਆਪਣਾ ਐਡਰੈਸ ਭੇਜਣਾ ਹੈ, ਔਨਲਾਈਨ ਪੇਮੈਂਟ ਕਰਨੀ ਹੈ, ਸੂਟ ਤੁਹਾਡੇ ਘਰ ਪਹੁੰਚੇਗਾ, ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ, ਅਤੇ ਸ਼ੋਪ ਦਾ ਐਡਰੈਸ ਨੋਟ ਕਰ ਲਓ, ਕੋਟਕਪੂਰਾ ਰੋਡ ਨੇੜੇ ਗੋਦੜੀ ਸਾਹਿਬ ਫਰੀਦਕੋਟ। ਅਤੇ ਸ਼ੋਪ ਦਾ ਸਮਾਂ ਹੈਗਾ ਜੀ 11 ਤੋਂ 5, ਅਤੇ ਸੰਡੇ ਨੂੰ ਸ਼ੋਪ ਖੋਲ੍ਹਦੇ ਹਾਂ 12 ਤੋਂ 4, ਠੀਕ ਹੈ ਜੀ। ਅਤੇ ਜਿਹੜੀ ਤੁਸੀਂ ਪੇਮੈਂਟ ਕਰਨੀ ਹੈ ਉਹਦੇ ਲਈ ਤੁਸੀਂ ਮੇਰੇ ਤੋਂ ਨਵਾਂ ਨੰਬਰ ਲੈਣਾ, ਪਲੀਜ਼ ਨਵਾਂ ਅਕਾਊਂਟ ਨੰਬਰ, ਨਵਾਂ ਗੂਗਲ ਪੇ ਨੰਬਰ, ਕਿਉਂਕਿ ਪੁਰਾਣਾ ਅਕਾਊਂਟ, ਪੁਰਾਣਾ ਗੂਗਲ ਪੇ ਨੰਬਰ ਹੈ ਜਿਹੜਾ ਉਹ ਬੰਦ ਹੋ ਚੁੱਕਾ ਹੈ। ਲਓ ਜੀ, ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਰਹਿਣਗੇ ਸਾਰੇ ਵੈਲਵਟ ਦੇ ਰਹਿਣਗੇ, ਠੀਕ ਹੈ ਜੀ। ਲਓ ਜੀ, ਪਹਿਲਾ ਸੂਟ ਬੋਟਲ ਗ੍ਰੀਨ ਕਲਰ ਹੈ, ਲਾਈਟ ਵੇਟ ਵੈਲਵਟ ਹੈ, ਬਹੁਤ ਪਿਆਰੀ ਵੈਲਵਟ ਹੈ, ਆ ਲਓ, ਠੀਕ ਹੈ ਜੀ। ਸਾਰੇ ਸ਼ਰਟ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਵਰਕ ਦੀ ਬੂਟੀ ਮਿਲੂਗੀ, ਠੀਕ ਹੈ ਜੀ। ਸਿੱਪੀ ਵਰਕ ਪਲੱਸ ਥਰੈਡ ਵਰਕ, ਅਤੇ ਘੇਰਾ ਤੁਸੀਂ ਦੇਖ ਲਓ, ਇਹ ਲਓ, ਇਹ ਹੈਗਾ ਇਹਦਾ ਘੇਰਾ। ਲਓ ਜੀ, ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਦੀ ਹਾਂ। ਘੇਰਾ ਬਹੁਤ ਹੈ ਜੀ, 30 ਤੋਂ ਵੀ ਇੱਕ ਅੱਧਾ ਪੁਆਇੰਟ ਵੱਧ ਹੋਊਗਾ, 30 ਤਾਂ ਹੈਗਾ ਹੀ ਹੈਗਾ, ਠੀਕ ਹੈ ਜੀ। ਅਤੇ ਲੈਂਥ ਦਾ ਤਾਂ ਮੇਰੇ ਖਿਆਲ ਕੋਈ ਇਸ਼ੂ ਹੈ ਨਹੀਂ ਗਾ, ਕਿਉਂਕਿ ਨੈੱਕ ਬਣਿਆ ਨਹੀਂ ਹੋਇਆ, ਕਾਫੀ ਲੰਬਾ ਉੱਪਰ ਤੱਕ ਵਰਕ ਹੋਇਆ ਹੋਇਆ, ਠੀਕ ਹੈ। ਅਤੇ ਅੱਗੇ ਹੈ ਇਹਦਾ, ਆਹ ਹੈਗੀ ਜੀ ਬਾਜੂ, ਇਹ ਵਾਲੀ ਜਿਹੜੀ ਪੱਟੀ ਹੈਗੀ ਹੈ ਨਾ, ਇਹ ਪੱਟੀ ਵੈਸੇ ਅਟੈਚ ਕੀਤੀ ਹੋਈ ਹੈ, ਇਹ ਉਤਾਰ ਕੇ ਇਹ ਬਾਜੂ 'ਤੇ ਲੱਗੂਗੀ। ਅਤੇ ਇਹ ਹੈਗੀ ਹੈ ਜੀ ਸਲਵਾਰ, ਇਹ ਆ ਲਓ, ਇਹ ਸਲਵਾਰ ਦਾ ਵਰਕ ਮਿਲੂਗਾ, ਇਹ ਵੀ ਸਲਵਾਰ ਦੇ ਪੌਂਚੇ 'ਤੇ ਆਉਣਾ, ਅਤੇ ਇਹ ਵੀ ਪੱਟੀ ਅਟੈਚ ਕੀਤੀ ਹੋਈ ਹੈ, ਇਹ ਉਤਾਰ ਕੇ ਤੁਸੀਂ ਜਿੱਥੇ ਮਰਜ਼ੀ ਜਿਵੇਂ ਵੀ ਮਰਜ਼ੀ ਐਡਜਸਟ ਕਰ ਸਕਦੇ ਹੋ, ਠੀਕ ਹੈ ਜੀ। ਅਤੇ ਨੈਕਸਟ ਹੈਗਾ ਇਹਦਾ ਸ਼ਾਲ, ਖੁੱਲ੍ਹਾ ਡੁੱਲਾ ਐਨ ਵੱਡਾ ਸ਼ਾਲ ਹੈ, ਐਨੀ ਸਟਰੋਲ ਨਹੀਂ ਹੈਗਾ, ਬਹੁਤ ਖੁੱਲ੍ਹਾ ਡੁੱਲਾ ਸ਼ਾਲ ਹੈ, ਅਤੇ ਕੰਨੀਆਂ 'ਤੇ ਹੈਵੀ ਵਰਕ ਹੋਇਆ ਘੇਰੇ ਵਾਲਾ, ਅਤੇ ਵਿੱਚ ਸ਼ਰਟ ਵਾਲੀ ਬੂਟੀ ਹੈ ਸਾਰੇ 'ਚ, ਠੀਕ ਹੈ ਜੀ। ਬਹੁਤ ਸੋਹਣਾ ਸ਼ਾਲ ਹੈ, ਬਹੁਤ ਜ਼ਿਆਦਾ ਖੁੱਲ੍ਹਾ ਡੁੱਲਾ ਐਨ ਵੱਡਾ, ਅਤੇ ਪ੍ਰਾਈਸ ਇਹਦੀ ਹੈਗੀ ਹੈ 650, 650 ਦੇ ਵਿੱਚ ਮਿਲਣਾ ਇਹ ਸੂਟ ਤੁਹਾਨੂੰ। ਲਓ ਜੀ, ਨੈਕਸਟ ਦੇਖੋ, ਬਹੁਤ ਪਿਆਰੇ ਸੂਟ ਹੈ, ਲਓ ਜੀ, ਇਹ ਵਾਲਾ ਵਰਕ ਹੋਇਆ ਹੋਇਆ ਉੱਪਰ ਨੈੱਕ ਦੇ ਉੱਪਰ, ਅਤੇ ਸ਼ੇਡ ਤੁਹਾਨੂੰ ਦਿਖ ਰਿਹਾ ਹੈ, ਕਾਫੀ ਸ਼ੇਡ ਹੈ, ਅਤੇ ਵਰਕ ਹੋਇਆ ਹੋਇਆ ਜਰੀ ਦਾ ਸਾਰੇ 'ਤੇ, ਅਤੇ ਵੈਲਵਟ ਬਹੁਤ ਸੁਪੀਰੀਅਰ ਕੁਆਲਿਟੀ ਦੀ ਹੈ, ਠੀਕ ਹੈ ਜੀ। ਅਤੇ ਘੇਰੇ 'ਤੇ ਇਹ ਵਾਲਾ ਵਰਕ ਮਿਲੂਗਾ, ਵਰਕ ਹੋਇਆ ਹੋਇਆ, ਇਹ ਪੈਚ ਨਹੀਂ ਲੱਗਿਆ, ਵਰਕ ਹੋਇਆ, ਠੀਕ ਹੈ ਜੀ। ਅਤੇ ਮੈਂ ਤੁਹਾਨੂੰ ਲੈਂਥ ਨਾਪ ਦਿੰਦੀ ਹਾਂ ਜੀ, ਲੈਂਥ
ਲੈਂਥ ਕਾਫੀ ਆ ਪਰ ਤੁਸੀਂ ਨਾ ਇਹਨੂੰ ਕੱਟ ਕੇ ਪੱਟੀ ਦੀ ਤਰ੍ਹਾਂ ਲਾ ਸਕਦੇ ਹੋ ਕਿਉਂਕਿ ਵਰਕ ਇਹਦਾ ਇਸ ਤਰ੍ਹਾਂ ਹੀ ਹੋਇਆ ਹੋਇਆ ਸਿੱਧਾ ਸਿੱਧਾ ਜਿਹਾ 49 ਹੈ ਜੀ ਲੈਂਥ ਇਹਦੀ ਪਰ ਨਾ ਤੁਸੀਂ ਇਹਨੂੰ ਇੱਥੋਂ ਕੱਟ ਕੇ ਜਾਂ ਇਹਨੂੰ ਇੱਦਾਂ ਹੀ ਮੋੜ ਕੇ ਆਹ ਦੇਖੋ ਵੀ ਦਿਖਾਈ ਨੇੜੇ ਨੇੜੇ ਕਰਕੇ ਤੁਸੀਂ ਜਾਂ ਇਹਨੂੰ ਇੱਦਾਂ ਹੀ ਕਿਉਂਕਿ ਆਹ ਨਾ ਸਿੱਧੀ ਲਾਈਨ ਲੱਗੀ ਹੋਈ ਹੈ ਵਰਕ ਦੀ ਇਹਨੂੰ ਕੱਟ ਕੇ ਜਾਂ ਤੁਸੀਂ ਇੱਦਾਂ ਹੀ ਇਹਨੂੰ ਉੱਚਾ ਕਰਾ ਕੇ ਇੱਥੇ ਇੱਕ ਐਂ ਕਰਕੇ ਸੀਣ ਮਰਾ ਸਕਦੇ ਠੀਕ ਹੈ ਜੀ ਸੋ ਇਹ ਹੈਗਾ ਇਹਦਾ ਬਾਜੂ ਦਾ ਵਰਕ ਠੀਕ ਹੈ ਜੀ ਇਹ ਵੀ ਵੈਸੇ ਪੱਟੀ ਲੱਗੀ ਹੋਈ ਹੈ ਸੀਣ ਮਾਰ ਕੇ ਤੁਸੀਂ ਇਹਨੂੰ ਜਿੱਥੇ ਵੀ ਤੁਸੀਂ ਬਾਜੂ ਨਿਕਲੂਗੀ ਤੁਹਾਡੀ ਇਹਨੂੰ ਅਟੈਚ ਕਰਾ ਦਿਓ ਅਤੇ ਇਹ ਹੈਗਾ ਜੀ ਇਹਦਾ ਬਰੋਕਟ ਦੇ ਵਿੱਚ ਸਲਵਾਰ ਦਾ ਪੀਸ ਬਹੁਤ ਸੋਹਣਾ ਪੀਸ ਹੈ ਨਾਪ ਦਿਆਵਾਂ ਪਹਿਲਾਂ ਲਓ ਜੀ ਲਗਭਗ 3 ਮੀਟਰ ਹੀ ਹੈ ਮਾੜਾ ਮੋਟਾ ਭਾਵੇਂ ਕੋਈ 2 ਉਂਗਲਾਂ ਘੱਟ ਹੋਵੇ ਨਹੀਂ ਤਾਂ 3 ਮੀਟਰ ਹੀ ਹੈ ਲਓ ਇਹ ਹੈਗਾ ਤੁਹਾਡਾ ਸਲਵਾਰ ਦਾ ਪੀਸ ਚਾਹੇ ਤੁਸੀਂ ਇਹਦਾ ਪਲਾਜ਼ੋ ਬਣਾਓ ਚਾਹੇ ਤੁਸੀਂ ਇਹਦੀ ਪੈਂਟ ਪਲਾਜ਼ੋ ਜਾਂ ਸਲਵਾਰ ਕੁਛ ਵੀ ਬਣਾ ਸਕਦੇ ਹੋ ਠੀਕ ਹੈ ਜੀ ਲਓ ਬਹੁਤ ਸੋਹਣਾ ਪੀਸ ਹੈ ਇਹ ਹੈਗਾ ਜੀ ਇਹਦੇ ਨਾਲ ਸ਼ਾਲ ਨਹੀਂ ਹੈ ਸਟਰੋਲ ਹੈ ਆ ਲਓ ਇਹ ਹੈਗਾ ਸਟਰੋਲ ਬਹੁਤ ਪਿਆਰਾ ਹੈ ਬਹੁਤ ਜ਼ਿਆਦਾ ਇੱਕ ਨਾ ਸਟਾਈਲਿਸ਼ ਜਿਹਾ ਇੱਕ ਬਹੁਤ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਕਢਾਈਆਂ ਕਢੂਈਆਂ ਤੋਂ ਹਟ ਕੇ ਬਿਲਕੁਲ ਅਤੇ ਡਿਫਰੈਂਟ ਸਟਾਈਲ ਦਾ ਸੂਟ ਹੈਗਾ ਇਹ ਬਰਾਸ਼ੋ ਦਾ ਦੁਪੱਟਾ ਹੈ ਜੀ ਇਹ ਠੀਕ ਹੈ ਜੀ ਦੁਪੱਟਾ ਜਿਹੜਾ ਉਹ ਬਰਾਸ਼ੋ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਪ੍ਰਾਈਸ ਹੈਗੀ ਹੈ 3400 ਰੁਪਈਆ ਇਹ ਸੂਟ ਤੁਹਾਨੂੰ 3400 ਦੇ ਵਿੱਚ ਮਿਲਣਾ ਨੈਕਸਟ ਹੈਗਾ ਕਾਫੀ ਸਟਾਈਲਿਸ਼ ਜਿਹਾ ਸੂਟ ਹੈਗਾ ਇਹ ਵੀ ਇਹ ਸਾਰੇ ਓਮ ਟੈਕਸ ਦੇ ਸੂਟ ਸੀਗੇ ਜੀ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਓਮ ਟੈਕਸ ਬ੍ਰਾਂਡ ਦੇ ਸੂਟ ਹੈ ਆ ਲਓ ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਲਓ ਇਹ ਵੀ ਬਰਾਸ਼ੋ ਦੇ ਵਿੱਚ ਹੈ ਆ ਲਓ ਠੀਕ ਹੈ ਸ਼ਰਟ ਹੈ ਜਿਹੜੀ ਇਹਦੀ ਬਰਾਸ਼ੋ ਦੇ ਵਿੱਚ ਹੈ ਅਤੇ ਕਲਰ ਤੁਸੀਂ ਦੇਖ ਲਓ ਉੱਪਰ ਇਹਦੇ ਆ ਨਾ ਜਿਹੜੀ ਪੱਟੀ ਲੱਗੀ ਹੋਈ ਹੈ ਇਹਦੇ ਉੱਪਰ ਵਰਕ ਕੀਤਾ ਹੋਇਆ ਅਤੇ ਪੱਟੀ ਐਡਜਸਟੇਬਲ ਹੈਗੀ ਹੈ ਤੁਸੀਂ ਜਿਵੇਂ ਇਹਨੂੰ ਅੱਗੇ ਪਿੱਛੇ ਕਰਨਾ ਹੈਗਾ ਉੱਥੇ ਕਰ ਸਕਦੇ ਹੋ ਓਮ ਟੈਕਸ ਦਾ ਦੇਖੋ ਜੀ ਓਮ ਟੈਕਸ ਬ੍ਰਾਂਡ ਦਾ ਇੱਕ ਬਹੁਤ ਵੱਡਾ ਬ੍ਰਾਂਡ ਆ ਓਮ ਟੈਕਸ ਦਾ ਸੂਟ ਹੈ ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਆ ਉਹ ਵੀ ਓਮ ਟੈਕਸ ਦੇ ਸੂਟ ਨੇ ਸਾਰੇ ਅਤੇ ਹੁਣ ਮੈਂ ਤੁਹਾਨੂੰ ਇਹਦੇ ਨਾਲ ਦਿਖਾਉਣੀ ਆ ਤੁਹਾਨੂੰ ਇਹਦੇ ਨਾਲ ਸਲਵਾਰ ਵੀ ਮਿਲੂਗੀ ਇਹ ਵਾਲੀ ਲਾਈਟ ਵੇਟ ਪਸ਼ਮੀਨਾ ਹਲਕਾ ਪਤਲਾ ਪਸ਼ਮੀਨਾ ਮਤਲਬ ਮੋਟਾ ਪਸ਼ਮੀਨਾ ਨਹੀਂ ਪਤਲਾ ਪਸ਼ਮੀਨਾ ਅਤੇ ਨਾਲ ਤੁਹਾਨੂੰ ਇਹ ਲਾਈਨਿੰਗ ਵੀ ਮਿਲੂਗੀ ਠੀਕ ਹੈ ਜੀ ਲਾਈਨਿੰਗ ਹੈਗੀ ਹੈ ਤੁਹਾਡੀ ਕੋਟਨ ਦੇ ਵਿੱਚ ਲਓ ਕੋਟਨ ਦੇ ਵਿੱਚ ਲਾਈਨਿੰਗ ਹੈ ਜਦੋਂ ਆਪਾਂ ਇਹਨੂੰ ਲਾਈਨਿੰਗ ਲਾਵਾਂਗੇ ਤਾਂ ਇਹ ਕਿਸ ਤਰ੍ਹਾਂ ਦਾ ਬਣ ਕੇ ਰੈਡੀ ਹੋਣਾ ਆ ਲਓ ਜੀ ਇਹ ਵਾਲੀ ਲੁੱਕ ਆਊਗੀ ਇਹਦੀ ਬਹੁਤ ਪਿਆਰਾ ਲੱਗਣਾ ਇਹਨੇ ਅਤੇ ਨਾਲ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਇਹਦੇ ਸ਼ਾਲ ਸੋਰੀ ਦੁਪੱਟਾ ਨਹੀਂ ਸ਼ਾਲ ਪਤਲਾ ਐਨ ਵਧੀਆ ਹਲਕਾ ਹਲਕਾ ਦੁਪੱਟੇ ਵਰਗਾ ਪਰ ਸਰਦੀ ਤੋਂ ਤੁਹਾਨੂੰ ਪੂਰਾ ਬਚਾਊਗਾ ਜਿਵੇਂ ਤੁਸੀਂ ਕੋਈ ਫੰਕਸ਼ਨ 'ਤੇ ਰਾਤ ਵਗੈਰਾ ਨੂੰ ਜਾਣਾ ਹੈਗਾ ਤਾਂ ਪੂਰੀ ਠੰਡ ਤੋਂ ਬਚਾਊਗਾ ਤੁਹਾਨੂੰ ਅਤੇ ਬਹੁਤ ਪਿਆਰਾ ਲੱਗਦਾ ਠੀਕ ਹੈ ਜੀ ਸ਼ਾਲ ਕੰਮ ਸਟਾਲ ਵੈਸੇ ਤਾਂ ਸ਼ਾਲ ਹੀ ਹੈ ਸਟਾਲ ਨਹੀਂ ਹੈਗਾ ਇਹ ਚੌੜਾ ਹੀ ਹੈ ਲੰਬਾਈ 2.25 ਠੀਕ ਹੈ ਅਤੇ ਪ੍ਰਾਈਸ ਇਹਦੀ ਹੈਗੀ ਹੈ 3750 ਰੁਪਏ ਇਹ ਸੂਟ ਤੁਹਾਨੂੰ 3750 ਦੇ ਵਿੱਚ ਮਿਲਣਾ ਓਮ ਟੈਕਸ ਬ੍ਰਾਂਡ ਦਾ ਲਓ ਜੀ ਨੈਕਸਟ ਦੇਖੋ ਇਹ ਵੀ ਵੈਲਵਟ ਦੇ ਵਿੱਚ ਸੂਟ ਹੈ ਲਓ
ਕਾਫੀ ਕਲਰ ਲਓ ਜੀ, ਬਹੁਤ ਪਿਆਰਾ ਸੂਟ ਹੈ ਕਾਫੀ ਕਲਰ ਦਾ। ਵਰਕ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਵਰਕ ਹੋਇਆ ਵਾ ਅਤੇ ਬਹੁਤ ਬਰੀਕ। ਆਹ ਲਓ ਬਹੁਤ ਸੋਹਣਾ ਵਰਕ ਹੋਇਆ। ਠੀਕ ਹੈ ਜੀ, ਅਤੇ ਆਹ ਹੈਗਾ ਇਹਦਾ ਪੈਨਲ, ਇੱਥੇ ਜਾ ਕੇ ਖਤਮ ਹੋ ਗਿਆ। ਆ ਇਹਦਾ ਘੇਰਾ, ਘੇਰਾ ਇਹਦਾ ਕਾਫੀ ਲੰਬਾ ਹੈ। ਲਓ ਜੀ ਘੇਰਾ ਇਹਦਾ ਹੈਗਾ 30 ਤੱਕ। ਠੀਕ ਹੈ ਜੀ, ਅਤੇ ਇਹ ਹੈਗੀ ਇਹਦੀ ਬਾਜੂ, ਅਲੱਗ ਤੋਂ ਬਾਜੂ 'ਤੇ ਇਸ ਤਰ੍ਹਾਂ ਕਰਕੇ ਪੱਟੀ ਅਟੈਚ ਕੀਤੀ ਹੋਈ ਹੈ। ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਸਹੀ ਲੱਗੇ। ਅਤੇ ਅੱਗੇ ਹੈ ਜੀ ਇਹਦਾ, ਆਹ ਲਓ ਇਹ ਸਲਵਾਰ ਹੈ ਇਹਦੀ। ਠੀਕ ਹੈ, ਇਹ ਵਰਕ ਮਿਲੂਗਾ ਤੁਹਾਨੂੰ ਸਲਵਾਰ 'ਤੇ, ਪਲਾਜ਼ੋ ਬਣਾਓ ਚਾਹੇ ਸਲਵਾਰ ਬਣਾਓ, ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉੱਦਾਂ ਇਹਨੂੰ ਬਣਾ ਸਕਦੇ ਹੋ। ਠੀਕ ਹੈ ਜੀ, ਅਤੇ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਾਲ। ਲਓ ਬਹੁਤ ਸੋਹਣਾ ਸ਼ਾਲ ਹੈ। ਠੀਕ ਹੈ, ਇਹ ਸੂਟ ਤੁਹਾਨੂੰ ਮਿਲੂਗਾ 3050 ਦੇ ਵਿੱਚ। ਅਗਲਾ ਸੂਟ ਮੈਰੂਨ ਕਲਰ, ਉਸੇ ਤਰ੍ਹਾਂ ਹੀ ਹੈਗਾ। ਮੈਂ ਤੁਹਾਨੂੰ ਲੈਂਥ ਨਾਪ ਕੇ ਦੱਸਣਾ ਭੁੱਲ ਗਈ, ਪਹਿਲਾਂ ਵਾਲੀ ਦੀ ਲੈਂਥ ਅਤੇ ਇਹਦੀ ਲੈਂਥ ਸੇਮ ਹੀ ਹੋਊਗੀ। ਮੈਂ ਇਹਦੀ ਲੈਂਥ ਨਾਪ ਦੇਣੀ ਆ, ਲੈਂਥ ਬਹੁਤ ਆ ਜੀ 45-46 ਹੈ, ਪਰ ਨੀਚੇ ਵਾਲੀ ਪੱਟੀ ਹੈ ਜਿਹੜੀ ਉਹ ਤੁਸੀਂ ਐਡਜਸਟ ਕਰ ਸਕਦੇ ਹੋ। ਬਹੁਤ ਸੋਹਣਾ ਵਰਕ ਹੋਇਆ, ਬਹੁਤ ਬਰੀਕ ਵਰਕ ਹੋਇਆ, ਕਾਫੀ ਜ਼ਿਆਦਾ ਸੋਹਣਾ ਵਰਕ ਹੈ। ਠੀਕ ਹੈ, ਅਤੇ ਇਹ ਮਿਲੂਗੀ ਜੀ ਨਾਲ ਇਹਦੇ ਸਲਵਾਰ। ਅਤੇ ਇਹ ਹੈਗਾ ਜੀ ਇਹਦਾ ਸ਼ਾਲ ਕਮ ਸਟਰੋਲ, ਅਤੇ ਪ੍ਰਾਈਸ 3050। ਵਿਖਾਤਾ ਬਸ, ਸੇਮ ਹੀ ਸੀਗਾ, ਇੱਕੋ ਜਿਹੀ ਹੈ ਸਾਰੀ। ਲਓ ਜੀ ਇਹ ਦੇਖ ਲਓ, ਇਹ ਵਾਈਨ ਸ਼ੇਡ ਹੈ। ਲਓ ਜੀ ਠੀਕ ਹੈ ਜੀ, ਉਸੇ ਤਰ੍ਹਾਂ ਇਹਦੀ ਬਾਜੂ ਦਾ ਵਰਕ ਮਿਲੂਗਾ, ਉਸੇ ਤਰ੍ਹਾਂ ਇਹਦਾ ਇਹ ਸਲਵਾਰ ਦਾ ਵਰਕ ਮਿਲੂਗਾ। ਠੀਕ ਹੈ, ਅਤੇ ਉਸੇ ਤਰ੍ਹਾਂ ਹੀ ਤੁਹਾਨੂੰ ਇਹਦਾ ਇਹ ਸਟਰੋਲ ਕਮ ਸ਼ਾਲ ਮਿਲੂਗਾ। ਜ਼ਿਆਦਾ ਵੱਡਾ ਚੌੜਾ ਵੀ ਨਹੀਂ ਹੈਗਾ ਅਤੇ ਜ਼ਿਆਦਾ ਭੀੜਾ ਵੀ ਨਹੀਂ ਹੈਗਾ। ਠੀਕ ਹੈ ਜੀ, ਪ੍ਰਾਈਸ 3050 ਰੁਪਏ। ਇੱਕ ਸੂਟ ਹੋਰ ਹੈ, ਲਓ ਜੀ ਇਹ ਆਪਣੇ ਕੋਲ ਹੈਂਡ ਵਰਕ ਦਾ ਸੂਟ ਹੈ। ਲਓ ਜੀ ਬਹੁਤ ਸੋਹਣਾ ਹੈਂਡ ਵਰਕ ਦਾ ਸੂਟ, ਮੋਤੀ ਵਰਕ ਪਲੱਸ ਦਬਕਾ ਵਰਕ, ਬਹੁਤ ਪਿਆਰਾ ਸੂਟ ਹੈ। ਸਾਰੇ ਆ ਜਿਹੜਾ ਮੋਤੀ ਵਰਕ ਹੋਇਆ ਪਿਆ, ਵਾਈਟ ਵਾਈਟ ਦਿਖ ਰਿਹਾ, ਬਾਕੀ ਸਾਰਾ ਦਬਕਾ ਵਰਕ ਹੈ। ਅਤੇ ਇਹ ਹੈਗਾ ਇਹਦਾ ਘੇਰਾ, ਘੇਰਾ ਨਾਪ ਦਿੰਦੇ ਹਾਂ ਆਪਾਂ, ਬਹੁਤ ਸੋਹਣਾ ਵਰਕ ਹੋਇਆ ਪਿਆ।
24 ਕ ਹੈਗਾ ਜੀ, 24 24.5 ਇਹਦੇ ਤੇ ਵਰਕ ਹੋਇਆ ਵਾ ਘੇਰੇ ਤੇ, ਤੇ ਲੈਂਥ ਵੀ ਨਾਪ ਦੇਣੀ ਹੈ ਤੁਹਾਨੂੰ। ਇਹ ਸਲਵਾਰ ਵਰਕ ਹੈ, ਠੀਕ ਹੈ। ਤੇ ਨੈਕਸਟ ਹੈ ਇਹਦਾ ਇਹ ਵਾਲਾ ਦੁਪੱਟਾ ਇਹਦੇ ਨਾਲ ਯੈਲੋ ਕਲਰ ਦਾ, ਕਿਉਂਕਿ ਇਹਦੇ ਵਿੱਚ ਇਹ ਵਾਲੀ ਬੂਟੀ ਹੈ ਜਿਹੜੀ ਉਹਦੇ 'ਚ ਯੈਲੋ ਥਰੈਡ ਯੂਜ਼ ਕੀਤਾ ਸੀ, ਕਿਉਂਕਿ ਵੈਲਵਟ ਦੇ ਨਾਲ ਨਾ ਜੀ ਦੁਪੱਟਾ ਜਿਹੜਾ ਉਹ ਮੈਚ ਨਹੀਂ ਕਰਦਾ ਹੁੰਦਾ ਕਦੇ ਵੀ, ਤਾਂ ਕੰਟਰਾਸਟ ਦੁਪੱਟਾ ਹੀ ਇਹਦੇ ਨਾਲ ਸਹੀ ਰਹਿੰਦਾ ਹੁੰਦਾ। ਆਹ ਲਓ ਔਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ 2.5 ਮੀਟਰ ਦਾ, ਠੀਕ ਹੈ ਜੀ। ਇਹ ਵਾਲਾ ਗੋਟਾ ਲੱਗਿਆ ਇਹਨੂੰ, ਅਤੇ ਇਹਦੀ ਪ੍ਰਾਈਸ ਰਹੂਗੀ 5000 ਰੁਪਏ। ਇਹ ਸੂਟ ਤੁਹਾਨੂੰ 5000 ਦੇ ਵਿੱਚ ਮਿਲਣਾ, ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ। ਇਹ ਹੈਗੇ ਆ ਸਟਰੋਲ ਤਾਂ ਨਾ ਕਹੀਏ ਇਹਨਾਂ ਨੂੰ, ਸ਼ਾਲ ਹੀ ਹੈ, ਬਹੁਤ ਵੱਡੇ ਸ਼ਾਲ ਨੇ ਜੀ ਇਹ, ਸ਼ਾਲ ਹੀ ਹੈ। ਹਾਂ ਇਹ ਬਲੈਕ ਕਲਰ ਦਾ ਹੈਗਾ, ਬਲੈਕ ਹੀ ਹੈ ਨਾ, ਨਾ ਇਹਦੇ ਤੋਂ ਪਤਾ ਲੱਗਦਾ ਜੀ ਪਿਛਲੇ ਪਾਸੇ ਤੋਂ ਮੂੰਗੀਆ ਕਲਰ ਹੁੰਦਾ ਜਿਹੜਾ, ਦੇਖਣ ਨੂੰ ਇਹ ਬਲੈਕ ਲੱਗ ਰਿਹਾ ਅੰਦਰ, ਹੁਣ ਨਹੀਂ ਆਈ ਜਾਂਦਾ ਠੀਕ, ਸਹੀ ਆ ਰਿਹਾ। ਅੱਛਾ ਲਓ ਜੀ, ਇਹ ਹੈਗਾ ਮੂੰਗੀਆ ਕਲਰ ਦੇ ਵਿੱਚ, ਅਤੇ ਆਹ ਲਓ ਚੌੜਾ ਚੌੜਾ ਹੈਗਾ ਸ਼ਾਲ, ਠੀਕ ਹੈ। ਇਹਦੀ ਪ੍ਰਾਈਸ ਰਹੂਗੀ 1000 ਰੁਪਏ। ਅਤੇ ਅਗਲਾ ਹੈਗਾ ਜਿਹੜਾ, ਇਹ ਵੀ ਬੋਟਲ ਗ੍ਰੀਨ ਹੈ, ਆਹ ਲਓ ਮਿਰਰ ਵਰਕ ਹੋਇਆ ਹੋਇਆ, ਚਾਹ ਸ਼ੀਸ਼ੇ ਦਾ ਵਰਕ ਹੈ ਸਾਰੇ 'ਚ, ਅਤੇ ਇੱਥੇ ਵੀ ਸ਼ੀਸ਼ੇ ਦਾ ਵਰਕ ਹੈ, ਠੀਕ ਹੈ ਜੀ। ਇਹ ਮਿਲੂਗਾ ਤੁਹਾਨੂੰ 1000 ਦੇ ਵਿੱਚ, ਆਹ ਲਓ ਵਾਈਨ ਸ਼ੇਡ ਲਓ, ਇਹ ਵੀ 1000 ਚ ਰੈੱਡ ਕਲਰ, ਲੜਾਂ ਤੇ ਵੀ ਹੈ, ਹਾਂ ਲੜਾਂ ਤੇ ਥੋੜਾ ਘੱਟ ਹੈ, ਲੜਾਂ ਤੇ ਇਦਾਂ ਹੈ ਤਾਂ ਸਹੀ, ਤੇ ਪੱਲ ਕੰਨੀਆਂ ਤੇ ਜ਼ਿਆਦਾ, ਇਹ ਵੀ 1000 ਚ। ਤੇ ਇੱਕ ਨਾ ਜੀ ਮੈਂ ਤੁਹਾਨੂੰ ਦੱਸਦਾ ਕਿ ਜਿੰਨੇ ਵੀ ਮੈਂ ਹੁਣ ਤੱਕ ਤੁਹਾਨੂੰ ਸੂਟ ਦਿਖਾਏ ਆ, ਤੇ ਉਹ ਸਾਰੇ ਸੂਟ ਜਿਹੜੀ ਮੈਂ ਪ੍ਰਾਈਸ ਦੱਸਤੀ ਤੁਹਾਨੂੰ, ਔਨਲਾਈਨ ਤੁਹਾਨੂੰ ਉਹਨੇ ਦੇ ਮਿਲਣਗੇ। ਜੇ ਤੁਸੀਂ ਸ਼ੋਪ 'ਤੇ ਆ ਕੇ ਲੈ ਕੇ ਜਾਓਗੇ ਤਾਂ ਹਰ ਇੱਕ ਸੂਟ ਦੇ ਵਿੱਚੋਂ 100 ਲੈਸ ਹੋ ਜੂਗਾ, 100 ਰੁਪਈਆ ਲੈਸ ਹੋ ਜੂਗਾ। ਲਓ ਜੀ, ਇਹ ਸੀ ਆਪਣੀ ਅੱਜ ਦੀ ਕਲੈਕਸ਼ਨ, ਉਮੀਦ ਹੈ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ, ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।